ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮਹੇਸ਼ ਇੰਦਰ ਸਿੰਘ ਗਰੇਵਾਲ ਵੀ ਆਪਣੀ ਨਾਮਜ਼ਦਗੀ ਦਾਖਲ ਕਰਨ ਲਈ ਪਹੁੰਚੇ। ਇਸ ਮੌਕੇ ਉਹਨਾਂ ਨੇ ਕਿਹਾ ਕਿ ਉਹ ਬਹੁਤ ਹੀ ਸ਼ਾਂਤਮਈ ਢੰਗ ਦੇ ਨਾਲ ਨਾਮਜ਼ਦਗੀ ਦਾਖਲ ਕਰਨ ਲਈ ਪਹੁੰਚੇ ਹਨ। ਜਦੋਂ ਉਹਨਾਂ ਨੂੰ ਵਰਕਰਾਂ ਵੱਲੋਂ ਨਾਰੇਬਾਜ਼ੀ ਕਰਨ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਇਹ ਅਕਾਲੀ ਦਲ ਦੇ ਵਰਕਰ ਹਨ, ਇਸ ਕਰਕੇ ਨਾਰੇਬਾਜ਼ੀ ਕਰਨਗੇ ਹੀ, ਉਹ ਜੋਸ਼ ਵਿੱਚ ਹਨ। ਨਾਲ ਹੀ ਗਰੇਵਾਲ ਨੇ ਕਿਹਾ ਕਿ ਉਹਨਾਂ ਦਾ ਰਵਨੀਤ ਬਿੱਟੂ ਅਤੇ ਬੈਂਸ ਨਾਲ ਕੋਈ ਮੁਕਾਬਲਾ ਨਹੀਂ। ਉਹਨਾਂ ਨੇ ਆਪਣੀ ਜਿੱਤ ਦਾ ਦਾਅਵਾ ਵੀ ਕੀਤਾ। ਤੇ ਉਧਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਤੇਜਪਾਲ ਸਿੰਘ ਵੱਲੋਂ ਵੀ ਆਪਣੇ ਸਾਥੀਆਂ ਸਮੇਤ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਤੇ ਇਸ ਮੌਕੇ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਲੋਕ ਬਦਲਾਵ ਚਾਹੁੰਦੇ ਹਨ ਤੇ ਆਮ ਆਦਮੀ ਪਾਰਟੀ ਪੰਜਾਬ ਵਿੱਚ ਮੁੜ ਆਪਣਾ ਪ੍ਰਦਰਸ਼ਨ ਦੁਹਰਾਏਗੀ। ਜ਼ਿਕਰ ਇਹ ਖਾਸ ਹੈ ਕਿ ਦੋਵੇਂ ਪਾਰਟੀਆਂ ਦੇ ਉਮੀਦਵਾਰ ਇੱਕੋ ਹੀ ਸਮੇਂ ਤੇ ਨਾਮਜ਼ਦਗੀ ਦਾਖਲ ਕਰਨ ਲਈ ਪਹੁੰਚੇ, ਜਿੱਥੇ ਪਾਰਟੀਆਂ ਦੇ ਵਰਕਰ ਆਪਸ ਵਿੱਚ ਉਲਝਦੇ ਹੋਏ ਇੱਕ ਦੂਜੇ ਦੇ ਖਿਲਾਫ ਜੰਮ ਕੇ ਨਾਰੇਬਾਜ਼ੀ ਕਰਦੇ ਹੋਏ ਨਜ਼ਰ ਆਏ। ਅਤੇ ਹਾਲਾਂਕਿ ਇਹਨਾਂ ਦੋਵੇਂ ਪਾਰਟੀਆਂ ਦੇ ਉਮੀਦਵਾਰ ਆਪੋ ਆਪਣੇ ਵਰਕਰਾਂ ਦੇ ਪੱਖ ਲੈਂਦੇ ਹੋਏ ਦਿਖਾਈ ਦਿੱਤੇ। ਅੱਜ ਨੋਮੀਨੇਸ਼ਨ ਫਾਈਲ ਕੀਤਾ, ਕੋਈ ਜਾਮ ਨਹੀਂ ਲਾਇਆ, ਕੋਈ ਟ੍ਰੈਫਿਕ ਨੂੰ ਨੁਕਸਾਨ ਨਹੀਂ ਪਹੁੰਚਾਇਆ। ਲੁਧਿਆਣਾ ਦੇ ਵਿੱਚ ਪਹਿਲਾਂ ਟ੍ਰੈਫਿਕ ਬੜਾ ਅਸਤ ਵਿਅਸਤ ਹੈ, ਦੋ ਦੋ ਤਿੰਨ ਤਿੰਨ ਘੰਟੇ, ਕਿਉਂਕਿ ਸ਼ੇਰਪੁਰ ਚੌਂਕ, ਬਸਤੀ ਚੌਂਕ, ਉੱਚਾ ਪੁਲ ਬਣੇ ਹੀ ਨਹੀਂ ਐਨ ਐੱਚ ਏ ਆਈ ਤੋਂ, ਸਮੇਂ ਦੀ ਹਕੂਮਤ ਅੱਖਾਂ 'ਤੇ ਪੱਟੀ ਬੰਨ ਕੇ ਬੈਠੀ ਹੈ। ਅਤੇ ਕੱਲ੍ਹ ਬਹੁਤ ਵੱਡੇ ਜਾਮ ਲੱਗੇ, ਡਿਸਟਰਬ ਕੀਤਾ ਟ੍ਰੈਫਿਕ ਨੂੰ, ਅਸੀਂ ਡਿਸਟਰਬ ਨਹੀਂ ਕੀਤਾ, ਅਸੀਂ ਕਾਗਜ਼ ਭਰਨ ਆਏ ਹਾਂ, ਆਪਣੀਆਂ ਗੱਡੀਆਂ ਭਾਰਤ ਨਗਰ ਚੌਂਕ ਦੇ ਨੇੜੇ ਖੜੀਆਂ ਕਰਕੇ ਆਏ, ਨਾਲ ਕੌਣ ਆਏ ਆ? ਉਹ ਜਿਹੜਾ ਚਿੱਟਾ ਪੰਜਾਬ ਦੇ ਵਿੱਚ ਚਾਰ ਹਫ਼ਤਿਆਂ 'ਚ ਖਤਮ ਕਰਨਾ ਸੀ, ਉਹ ਮਤਾਵਾਂ ਜਿਨ੍ਹਾਂ ਦੇ ਪੁੱਤ ਚਿੱਟੇ ਦੇ ਦੈਂਤ ਨੇ ਨਿਕਲੇ ਆਪਣੇ ਜਵਾਨ ਪੁੱਤਾਂ ਦੀਆਂ ਫੋਟੋਆਂ ਲੈ ਕੇ ਥੱਲੇ, ਉਹ ਕਿਸਾਨ ਜਿਹੜਾ ਕਰਜ਼ਾ ਮੁਕਤ ਕਰਨਾ ਸੀ, ਕਰਜ਼ਾ ਮਾਫ਼ੀ ਦੇਖਦੇ ਦੇਖਦੇ ਸਲਫਾਸ ਖਾ ਕੇ ਉਹ ਪੀੜਤ ਪਤਨੀ, ਮਾਂ ਅਤੇ ਭੈਣ ਕਿਸਾਨ ਆਤਮ ਹੱਤਿਆ ਵਾਲੇ ਦੀ ਫੋਟੋ ਨਾਲ ਲੈ ਕੇ ਆਈ ਹੈ, ਉਹ ਨੌਜਵਾਨ ਜਿਨ੍ਹਾਂ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਨੌਕਰੀਆਂ ਦੇਣੀਆਂ ਸੀ, ਹੱਥਾਂ ਦੇ ਵਿੱਚ ਡਿਗਰੀਆਂ ਅਤੇ ਡਿਪਲੋਮੇ ਫੜ ਕੇ ਮੇਰੇ ਨਾਲ ਆਏ, ਉਹ ਦਲਿਤ ਪਰਿਵਾਰਾਂ ਦੇ ਬੱਚੇ ਬੱਚੀਆਂ ਜਿਹੜੇ ਐੱਸ ਸੀ ਪੋਸਟ ਮੈਟ੍ਰਿਕ ਸਕੋਲਰਸ਼ਿਪ ਦੀ ਰਕਮ ਉਡੀਕਦੇ ਆ, ਕਾਲਜਾਂ ਵਾਲੇ ਜਲੀਲ ਕਰਕੇ ਕਲਾਸ ਦੇ ਵਿੱਚੋਂ ਬਾਹਰ ਕੱਢਦੇ ਆ, ਉਹ ਬੱਚੇ ਬੱਚੀਆਂ ਮੇਰੇ ਨਾਲ ਆਏ। ਲੁਧਿਆਣੇ ਦਾ ਕਾਰੋਬਾਰੀ ਅਤੇ ਵਪਾਰੀ ਜਿਹੜਾ ਜੀ ਐੱਸ ਟੀ, ਨੋਟਬੰਦੀ, ਰਿਸ਼ਵਤਖੋਰੀ ਕਾਰਨ ਆਪਣਾ ਵਪਾਰ ਅਤੇ ਫੈਕਟਰੀਆਂ ਤਬਾਹ ਹੋ ਚੁੱਕੀਆਂ ਨੇ, ਉਹ ਸਾਥੀ ਮੇਰੇ ਨਾਲ ਆਏ ਆ। ਤੁਹਾਡੇ ਵਰਕਰ ਅਕਾਲੀ ਦਲ ਦੇ ਨਾਲ ਆਮੋ ਸਾਹਮਣੇ ਹੋਏ ਨੇ? ਚਲੋ, ਇਹ ਬੜਾ ਪੀਸਫੁੱਲ ਮਾਹੌਲ ਚਾਹੀਦਾ, ਲੋਕਾਂ ਦਾ ਮਨ ਬਣਿਆ ਹੋਇਆ ਵੀ ਵੋਟ ਕਿਹਨੂੰ ਪਾਉਣਾ। ਤੁਹਾਨੂੰ ਯਾਦ ਹੋਊਗਾ 2014 ਦੇ ਵਿੱਚ ਜੇ ਬੈਂਸ ਅਤੇ ਫੂਲਕੇ ਦੀ ਵੋਟ ਇਕੱਠੀ ਕਰ ਲਈਏ ਤਾਂ 5 ਲੱਖ ਹੈ, ਉਹ ਚੇਂਜ ਵਾਲਾ ਵੋਟ ਹੈ। ਅੱਜ ਚੇਂਜ ਵਾਲੇ 5 ਲੱਖ ਦੇ ਵੋਟਰ ਤੋਂ ਘਬਰਾਏ ਪਏ ਆ, ਗਰਮ ਹੁੰਦੇ ਆ, ਬੇਵਜ੍ਹਾ ਅਸੀਂ ਗਰਮ ਨਹੀਂ ਹੋਣਾ, ਅਸੀਂ ਬੜੀ ਨਿਮਰਤਾ ਦੇ ਨਾਲ ਇਹਨਾਂ ਦੀ ਹਰ ਗੱਲ, ਇਹ ਕਣਕ ਦੀਆਂ ਡੱਬੀਆਂ ਸਾਨੂੰ ਦੇ ਦੇਣ, ਇਹ ਸਾਡੀਆਂ ਉਂਗਲਾਂ ਤੋੜ ਲੈਣ, ਅਸੀਂ ਇਹਨਾਂ ਦੀ ਹਰ ਗੱਲ ਦਾ ਜਵਾਬ ਡੈਮੋਕਰੇਟਿਕ ਤਰੀਕੇ ਨਾਲ ਲੋਕ 19 ਤਰੀਕ ਨੂੰ ਈ ਵੀ ਐੱਮ ਦਾ ਬਟਨ ਦਬਾ ਦਿੱਤੇ। ਉਹਨਾਂ ਦਾ ਪਹਿਲਾ ਇਹ ਸਵਾਲ ਜਿਹੜਾ ਇਸ ਗੱਲ ਦਾ ਸੰਕੇਤ ਆ ਕਿ ਬਿੱਟੂ ਜੀ ਲੁਧਿਆਣਿਓਂ ਗੋਰੀਆ ਬਿਸਤਰਾ ਕੋਲ, ਉਹ ਚਾਹੁੰਦੇ ਆ ਵੀ ਬੈਂਸ, ਮੈਂ ਤਾਂ ਬੜਾ ਵੇਟ ਕੀਤਾ ਬਾਦਲਾਂ ਦਾ ਵੀ ਆਪਣੇ ਪੱਤੇ ਖੋਲਣ ਪੱਤੇ ਖੋਲਣ, ਫਿਰ ਜਦੋਂ ਸਾਡਾ ਪੰਜਾਬ ਡੈਮੋਕਰੇਟਿਕ ਅਲਾਇੰਸ ਉਹ ਕਾਮਰੇਡ ਸਾਥੀਆਂ ਦੇ ਹਿੱਸੇ ਟਿਕ ਚਲੀ ਗਈ, ਅੱਜ ਬਿੱਟੂ ਜੀ ਬੈਂਸ ਨੂੰ ਲੁਧਿਆਣਿਓਂ ਭੇਜ ਰਹੇ। ਇਸ ਬਿਆਨ ਦੇ ਵਿੱਚੋਂ ਉਹਨਾਂ ਦੀ ਸਾਫ਼ ਅਤੇ ਸਪਸ਼ਟ ਲੂਜ਼ ਕੀਤੀ ਹੋਈ ਜਿਹੜੀ ਸੀਟ ਹੈਗੀ, ਪਤਾ ਲੱਗ ਗਿਆ 5 ਸਾਲ ਕੀਤਾ ਕੁਛ ਨਹੀਂ, 5 ਸਾਲਾਂ ਬਾਅਦ ਲੋਕ ਹੁਣ ਮੂੰਹ ਨਹੀਂ ਲਾਉਂਦੇ, ਇਸ ਕਰਕੇ ਉਹ ਬੈਂਸ ਨੂੰ ਇੱਥੋਂ ਬਾਹਰ ਭੇਜਣ ਲਈ ਤਰ੍ਹਾਂ ਤਰ੍ਹਾਂ ਦੇ ਸ਼ਗੂਫੇ ਛੱਡ ਰਹੇ ਅਸੀਂ ਲਿਖਿਆ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ, ਅਸੀਂ ਲਿਖ ਕੇ ਭੇਜਿਆ ਵੀ ਜਿਹੜੇ ਬੜੇ ਤਾਕਤਵਰ ਲੋਕ ਹੈਗੇ ਜਿਹੜੇ ਆਪਣੀਆਂ ਸ਼ਕਤੀਆਂ ਦਾ ਦੁਰਉਪਯੋਗ ਕਰ ਰਹੇ ਆ, ਤੁਸੀਂ ਦੇਖਿਆ ਨਗਰ ਨਿਗਮ ਦੀ ਇੱਕ ਇੰਸਪੈਕਟਰ ਨੂੰ ਕਿਵੇਂ ਕੁੱਟਿਆ, ਅਤੇ ਉਹ ਮੀਡੀਆ ਦੇ ਵਿੱਚ ਖਬਰ ਆਈ ਹੈ ਕਿ ਉਹ ਜਿਹੜਾ ਮਾਲਕ ਕਲੋਨੀ ਦਾ, ਉਹ ਇਹ ਕਹਿ ਰਿਹਾ ਵੀ ਇਹ ਰਵਨੀਤ ਬਿੱਟੂ ਦੀ ਕਲੋਨੀ ਆ, ਇੱਥੇ ਕੋਈ ਅਫਸਰ ਕਿਵੇਂ ਪੈਰ ਰੱਖ ਜੂਗਾ? ਪਤਾ ਲੱਗ ਗਿਆ ਨਾ ਇਹਨਾਂ ਦੀ ਗੁੰਡਾਗਰਦੀ ਦਾ, ਇਹਨਾਂ ਦੀ ਤਾਨਾਸ਼ਾਹੀ ਦਾ। ਸੋ ਅਸੀਂ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਲਿਖਿਆ ਵੀ ਇੱਥੇ ਨੀਮ ਫੋਰਸਿਸ ਤੈਨਾਤ ਕੀਤੇ ਜਾਣ, ਨੀਮ ਫੌਜੀ ਦਸਤੇ ਤੈਨਾਤ ਕੀਤੇ ਜਾਣ, ਤਾਂ ਜੋ ਵੋਟਰ ਆਪਣਾ ਵੋਟ ਦਾ ਉਪਯੋਗ ਬਿਨਾਂ ਡਰ ਭੈ। ਰੋਡ ਸ਼ੋਅ ਨਹੀਂ ਗਿਆ, ਸੰਗਤ ਦਾ ਉਤਸ਼ਾਹ ਸੀਗਾ, ਸੰਗਤ ਸਾਰੀ ਨੇ ਕਿਹਾ ਕਿ ਅਸੀਂ ਤੁਹਾਡੇ ਨਾਲ ਜਾ ਕੇ ਜਿੱਥੇ ਤੱਕ ਫਾਰਮ ਭਰ ਜਾਣਾ ਉੱਥੇ ਤੱਕ ਜਾਣਾ ਹੈਗਾ। ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਨੇ ਫੈਸਲਾ ਕੀਤਾ ਸੀਗਾ ਕਿ ਕਿਸੇ ਤਰ੍ਹਾਂ ਦਾ ਅਸੀਂ ਕਾਰਾਂ ਟਰੱਕਾਂ 'ਤੇ ਰੋਡ ਸ਼ੋਅ ਨਹੀਂ ਕਰਨਾ, ਜਿਹੜਾ ਸ਼ਹਿਰ ਲਈ ਇਨਕਨਵੀਨੀਅੰਸ ਬਣੇ।
ਜੋ ਕੱਲ੍ਹ ਉਹਨਾਂ ਨੇ ਕਾਂਗਰਸੀਆਂ ਨੇ ਸ਼ਹਿਰ ਦਾ ਹਾਲ ਕੀਤਾ, 50 ਡਾਇਰੈਕਟਰ ਲਿਆ ਕੇ ਅਤੇ 25 ਬੰਦੇ ਲਿਆ ਕੇ ਜਿਹੜੇ ਸੜਕਾਂ 'ਤੇ ਰੋਕਿਆ ਸੀ, ਉਹ ਕੰਮ ਦੇ ਹੱਕ 'ਚ ਨਹੀਂ ਸੀ। ਸਾਡੀ ਸਮੁੱਚੀ ਲੀਡਰਸ਼ਿਪ, ਹਰ ਹਲਕੇ ਦਾ ਇੰਚਾਰਜ, ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਸਾਹਿਬ ਅਤੇ ਉਹਨਾਂ ਦੇ ਹਲਕਾ ਇੰਚਾਰਜ ਇੱਥੇ ਆਏ ਨੇ, ਜਿਹੜੇ ਨੋਮੀਨੇਸ਼ਨ ਭਰ ਲਈ ਅਸੀਂ ਦਰਜਾਵਾਂ। ਅਤੇ ਸਰ ਇੱਕ ਇੱਥੇ ਹੁਣ ਟਕਰਾਅ ਦੀ ਸਥਿਤੀ ਬਣੀ ਹੋਈ ਹੈ ਲਿਪ ਪਾਰਟੀ ਅਤੇ ਅਕਾਲੀ ਦਲ ਵਰਕਰਾਂ ਦੀ? ਜੀ ਟਕਰਾਅ ਨਹੀਂ ਹੁੰਦਾ, ਦੋਨਾਂ ਪੋਲੀਟੀਕਲ ਪਾਰਟੀਆਂ ਨੇ ਲਿਪ ਤਾਂ ਲਿਪ ਹੀ ਆ, ਦੋ ਨੇ ਸਾਡੇ ਹਜ਼ਾਰਾਂ ਯੂਥ ਦਾ ਕਾਫੀ ਟਕਰਾਅ ਦੇਖਣ ਨੂੰ ਮਿਲ ਰਿਹਾ। ਉਹ ਨਹੀਂ ਟਕਰਾਅ ਨਹੀਂ ਹੁੰਦਾ, ਘਬਰਾਓ ਨਾ ਤੁਸੀਂ, ਦੇਖ ਕੇ ਨਾ ਟਕਰਾਅ ਵਾਲੀ ਗੱਲ ਕੋਈ ਨਹੀਂ। ਹੁਣ ਜਿਹਨੂੰ ਖੁਸ਼ੀ ਆ, ਚਾਹ ਹੈਗਾ, ਮਜੀਠੀਆ ਸਾਹਿਬ ਦੇ ਖਿਲਾਫ਼ ਬੜੀ ਨਾਅਰੇਬਾਜ਼ੀ ਹੋ ਰਹੀ ਹੈ। ਮਜੀਠੀਆ ਸਾਹਿਬ ਦੇ ਖਿਲਾਫ਼ ਨਾਅਰੇਬਾਜ਼ੀ ਕਰਨ ਵਾਲੇ ਦੇ ਮੂੰਹ 'ਚ ਧੂੜੀ ਪਊਗੀ, ਹੋਰ ਕੁਛ ਨਹੀਂ। ਕਿਉਂਕਿ ਮਜੀਠੀਆ ਸਾਹਿਬ ਦੇ ਉਲਟ ਜਿਹੜੀ ਲਿਪ ਆ, ਇਹਦੇ ਲੀਡਰ ਨੇ, ਜਦ ਇਹਨਾਂ ਦੀ ਸਾਂਝ ਸੀ ਕੇਜਰੀਵਾਲ ਨੇ, ਮਾਫ਼ੀ ਮੰਗੀ ਆ, ਇਹਨਾਂ ਨੂੰ ਵੀ ਮੰਗਣੀ ਪਊ ਜੇ ਇਹੋ ਜਿਹਾ ਕੰਮ ਕਰਨਗੇ। ਸਰ ਕਿੰਨੀ ਲੀਡ ਲੈ ਕੇ ਜਾਓਗੇ ਜੀ ਲੁਧਿਆਣੇ ਦੇ ਵਿੱਚੋਂ? ਅੱਜ ਦੇ ਹਿਸਾਬ ਨਾਲ 1,00,000 ਆ, ਜੇ ਕੱਲ੍ਹ ਨੂੰ ਮਾਹੌਲ ਹੋਰ ਵਧੀਆ ਹੋ ਗਿਆ 2 ਵੀ ਹੋ ਸਕਦੀ ਹੈ। ਧੰਨਵਾਦ।